ਕਿਵੇਂ ਬੈਠੇ ਹੋ ਇੱਥੇ? ਪੈਨਸ਼ਨ ਲੈਣਾ। ਕਿੰਨੀ ਦੇਰ ਤੋਂ ਬੈਠੇ ਹੋ? ਅੱਧਾ ਘੰਟਾ। ਅੱਛਾ, ਤੇ ਤੁਸੀਂ ਇੱਦਾਂ ਇਕੱਠੇ ਇਕੱਠੇ ਬੈਠੇ ਹੋ, ਤੁਹਾਨੂੰ ਕਿਸੇ ਨੇ ਦੂਰ ਦੂਰ ਨਹੀਂ ਕਰਾਇਆ? ਇੰਸਪੈਕਟਰ ਜੀਰਾ ਜੀ ਦੱਸ ਰਿਹਾ ਵੀ ਜੋ ਕੁਛ ਹੋ ਰਿਹਾ ਇਹ ਸਾਡੇ ਭਲੇ ਵਾਸਤੇ ਹੋ ਰਿਹਾ। ਮੋਦੀ ਸਾਹਿਬ ਨੇ ਜੋ ਕਰਫਿਊ ਲਾਇਆ, ਜੇ ਕਰਫਿਊ ਨਾ ਲਾਇਆ ਹੁੰਦਾ ਤਾਂ ਸਾਡੇ ਦੇਸ਼ ਦਾ ਬੁਰਾ ਹਾਲ ਹੋ ਜਾਣਾ ਸੀ। ਸਾਡਾ ਦੇਸ਼ ਅੱਗੇ ਗਰੀਬ ਹੈ, ਅਤੇ ਗਰੀਬੀ ਦੀ ਵਜ੍ਹਾ ਨਾਲ ਜੇ ਬਿਮਾਰੀ ਸਾਡੇ ਆ ਜਾਂਦੀ, ਜ਼ਿਆਦਾ ਸੰਖਿਆ 'ਚ ਆ ਜਾਂਦੀ, ਤਾਂ ਅਸੀਂ ਇੱਦੋਂ ਵੀ ਦੁਖੀ ਹੋ ਜਾਣਾ ਸੀ। ਨਾ ਹਸਪਤਾਲਾਂ 'ਚ ਇੰਨੇ ਵੈਂਟੀਲੇਟਰ ਆ, ਨਾ ਇੰਨੀਆਂ ਇੰਤਜ਼ਾਮ ਹੈ। ਪੰਜ ਪੰਜ ਇੱਕ ਮੀਟਰ ਦੇ ਘੇਰੇ ਤੋਂ ਗਾਰ ਖੜ੍ਹੇ ਹਾਂ। ਠੀਕ, ਇਸ ਕਰਕੇ ਅਸੀਂ ਜੋ ਕੁਛ ਸੁਣ ਰਹੇ ਹਾਂ, ਜੋ ਕਹਿ ਰਹੇ ਹਾਂ, ਬਹੁਤ ਵਧੀਆ ਹੋ ਰਿਹਾ। ਲੈਣ ਖੜ੍ਹ ਕੇ ਵੀ ਪੈਸੇ ਮਿਲ ਜਾਣ, ਤੁਹਾਨੂੰ ਕੋਈ ਡਰ ਨਹੀਂ। ਅੱਜ ਦਿਖਾਉਂਦੇ ਹਾਂ ਤੁਹਾਨੂੰ ਇੱਕ ਨਜ਼ਾਰਾ, ਪਬਲਿਕ ਦੇ ਵਿੱਚ ਕੋਈ ਅਵੇਅਰਨੈਸ ਨਹੀਂ, ਬਿਲਕੁਲ ਨਾਲ ਨਾਲ ਜੁੜੇ ਹੋਏ ਨੇ। ਔਰ ਲੋਕਲ ਡਿਸਟੈਂਸਿੰਗ ਦਾ ਜੀਰਾ ਵਿਖੇ, ਜ਼ੀਰਾ ਦੇ ਤਲਵੰਡੀ ਰੋਡ ਦਾ ਇਹ ਹਾਲ, ਜਿੱਥੇ ਲੋਕਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਬਸ ਉਹ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਨੇ। ਕੈਮਰਾ ਪਰਸਨ ਦੇ ਨਾਲ ਜ਼ੀਰਾ ਤੋਂ ਸਤੀਸ਼ ਵਿੱਚ।